ਗੁਰੂ ਰੂਪ ਸਾਧ ਸੰਗਤ ਜੀ, ਇਹ ਸਾਡੇ ਅੰਡਰ 18 ਜਾਂ 16 ਸਾਲ ਤੱਕ ਦੇ ਬੱਚਿਆਂ ਨੇ ਕਵਿਤਾ ਬੋਲੀਆਂ ਨੇ। ਬੱਚਿਆਂ ਦਾ ਰਾਉਂਡ ਖਤਮ ਹੋ ਚੁੱਕਾ ਹੈ। ਜੇ ਤੁਸੀਂ ਇੱਕ ਵਾਰੀ ਜਕਾਰਾ ਬੋਲ ਦਿਓ ਇਹਨਾਂ ਦੇ ਐਫਰਟ ਨੂੰ ਲੈ ਕੇ। ਹਰ ਕਿਸੇ ਨੇ ਆਪਣੇ ਲੈਵਲ 'ਤੇ ਬਹੁਤ ਮਿਹਨਤ ਕੀਤੀ ਹੈ। ਬੋਲੇ ਸੋ ਹੁਣ ਅਸੀਂ ਵੱਡਿਆਂ ਦਾ ਲੈਵਲ ਸ਼ੁਰੂ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲੇ ਕਿ ਮੈਂ ਬਾਕੀਆਂ ਨੂੰ ਬੁਲਾ ਲਾਂ, ਮੈਂ ਤੁਹਾਡੇ ਸਾਹਮਣੇ ਥੋੜ੍ਹੀ ਜਿਹੀ ਆਪਣੀ, ਮੇਰੀ ਲਿਖੀ ਹੋਈ ਨਹੀਂ ਹੈ ਪਰ ਮੈਨੂੰ ਅਮਰਜੀਤ ਭੈਣ ਜੀ ਨੇ ਦਿੱਤੀ ਹੈ, ਐਂਡ ਆਈ ਸ਼ੁੱਡ ਐਪਰੀਸ਼ੀਏਟ ਉਹਨਾਂ ਨੇ ਸਾਰੇ ਬੱਚਿਆਂ ਨੂੰ, ਮੋਸਟ ਆਫ ਦਾ ਬੱਚਿਆਂ ਨੂੰ ਉਹਨਾਂ ਨੇ ਕਵਿਤਾਵਾਂ ਫੋਨ ਕਰ ਕਰਕੇ ਡਿਸਟ੍ਰੀਬਿਊਟ ਕੀਤੀਆਂ ਨੇ। ਇਹ ਮੈਂ ਤਾਂ ਇੱਥੇ ਆ ਕੇ ਖੜੀ ਹੋ ਗਈ ਹਾਂ, ਜਿਹੜਾ ਸਾਰਾ ਐਫਰਟ ਹੈ ਅਮਨਵੀਰ ਜੀ, ਅਮਰਜੀਤ ਭੈਣ ਜੀ ਅਤੇ ਸਾਰੀ ਸਾਧ ਸੰਗਤ ਦਾ ਹੈਗਾ। ਸੋ ਥੈਂਕ ਯੂ ਸੋ ਮੱਚ, ਇਟਸ ਸੱਚ ਅ ਗ੍ਰੇਟ ਜੈਸਚਰ ਅਸੀਂ ਆਪਣੇ ਬੱਚਿਆਂ ਲਈ ਕਰ ਰਹੇ ਹਾਂ, ਅਤੇ ਅਸੀਂ ਚਾਹੁੰਦੇ ਹਾਂ ਕਿ ਅੱਗੋਂ ਜਦੋਂ ਸਾਡੇ ਬੱਚੇ ਇਸ ਪੀੜ੍ਹੀ ਨੂੰ ਲੀਡ ਕਰਨਗੇ ਉਹ ਵੀ ਆਪਣੇ ਬੱਚਿਆਂ ਲਈ ਇਹੋ ਜਿਹਾ ਐਫਰਟ ਕਰਨ। ਸੋ ਮੈਂ ਤੁਹਾਡੇ ਸਾਹਮਣੇ ਜ਼ਿਆਦਾ ਵੱਡੀ ਨਹੀਂ, ਬਹੁਤ ਛੋਟੀ ਜਿਹੀ ਕਵਿਤਾ ਹੈਗੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਤਰ੍ਹਾਂ ਨਾਲ ਆਵਾਜ਼ ਨਿਕਲੀ ਹੋਈ ਹੈ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਲੈ ਕੇ, ਔਰ ਗੁਰੂ ਗੋਬਿੰਦ ਸਿੰਘ ਜੀ ਸਾਡੇ ਕੋਲੋਂ ਕੀ ਐਕਸਪੈਕਟ ਕਰਦੇ ਨੇ। ਜੇ ਕੋਈ ਗਲਤੀ ਹੋਵੇ ਸਾਧ ਸੰਗਤ ਜੀ ਮਾਫੀ ਦੇਣਾ। ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਜਦ ਹਵਾ ਚੱਲੇਗੀ ਠੰਡੀ ਤਨ ਨੂੰ ਚੰਬਦੀ, ਜਦ ਹਵਾ ਚੱਲੇਗੀ ਠੰਡੀ ਤਨ ਨੂੰ ਚੰਬਦੀ, ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ, ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ। ਗੋਦੀ ਵਿੱਚ ਬੈਠੇ ਲਾਲਾਂ ਤਾਈ ਨਿਹਾਰਿਓ, ਛੋਟੇ ਸਾਹਿਬਜ਼ਾਦਿਆਂ ਲਈ ਕਿਹਾ ਗਿਆ ਹੈ। ਗੋਦੀ ਵਿੱਚ ਬੈਠੇ ਲਾਲਾਂ ਤਾਈ ਨਿਹਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਤੁਸੀਂ ਧੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ, ਤੁਸੀਂ ਧੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ, ਜਿੱਥੇ ਡੁੱਲਾ ਮੇਰਾ ਖੂਨ ਉੱਥੇ ਵੀ ਲੈ ਜਾਇਓ ਜੀ। ਜੇ ਮੇਰੇ ਹੋ ਤਾਂ ਮੇਰਾ ਹੀ ਰੂਪ ਧਾਰਿਓ, ਜੇ ਮੇਰੇ ਹੋ ਤਾਂ ਮੇਰਾ ਹੀ ਰੂਪ ਧਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਉਹ ਨੀਹਾਂ, ਉਹ ਨੀਹਾਂ ਜਿੱਥੇ ਮੇਰੇ ਲਾਲ ਖਲੋਤੇ ਸੀ, ਉਹ ਨੀਹਾਂ ਜਿੱਥੇ ਮੇਰੇ ਲਾਲ ਖਲੋਤੇ ਸੀ, ਦੁੱਖ ਵੱਡਾ ਸੀ ਮੇਰੇ ਲਾਡਲੇ ਛੋਟੇ ਸੀ, ਦੁੱਖ ਵੱਡਾ ਸੀ ਮੇਰੇ ਲਾਡਲੇ ਛੋਟੇ ਸੀ। ਉਹ ਕਹਿੰਦੇ ਨੇ ਦੁੱਖ ਸਹਿ ਲਿਓ ਸਿਦਕ ਨਾ ਹਾਰਿਓ, ਉਹ ਕਹਿੰਦੇ ਨੇ ਦੁੱਖ ਸਹਿ ਲਿਓ ਸਿਦਕ ਨਾ ਹਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੈਂ ਖੜਾ ਉਡੀਕਾਂ ਆਪਣੇ ਸਿੰਘਾਂ ਸਰਦਾਰਾਂ ਨੂੰ, ਮੈਂ ਖੜਾ ਉਡੀਕਾਂ ਆਪਣੇ ਸਿੰਘਾਂ ਸਰਦਾਰਾਂ ਨੂੰ, ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰਾਂ ਨੂੰ, ਮੈਂ ਚਾਰੇ ਪੁੱਤ ਕਿਉਂ ਵਾਰੇ ਜ਼ਰਾ ਵਿਚਾਰਿਓ, ਮੈਂ ਚਾਰੇ ਪੁੱਤ ਕਿਉਂ ਵਾਰੇ ਜ਼ਰਾ ਵਿਚਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।